ਦੇਖੋ ਜੀ, ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਜ਼ਿੰਦਗੀ 'ਚ ਕੱਟ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਹੈ ਸਭ ਕੁਛ ਹੈ ਜੀ। ਅਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਅਤੇ ਜਦੋਂ ਪੰਜਾਬ ਆਏ ਸੀਗੇ, ਅੰਮ੍ਰਿਤਸਰ ਆਏ ਸੀਗੇ, ਅਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰ ਆਏ ਸੀਗੇ ਜੀ, ਦਰਸ਼ਨ ਕੀਤੇ ਉਹਨਾਂ ਦੇ, ਕਿਉਂਕਿ ਸਭ ਕੁਝ ਇੱਥੋਂ ਹੀ ਮਿਲਦਾ ਸਾਨੂੰ। ਅਤੇ ਇਸ ਵਾਰੀ ਵੀ ਅਸੀਂ ਇੱਦਾਂ ਹੀ ਕੀਤਾ ਹੈ ਅਤੇ ਬਹੁਤ ਖੁਸ਼ੀ ਆ। ਅਤੇ ਮਹਾਰਾਜ ਦੀ ਕਿਰਪਾ ਨਾਲ ਇੱਦਾਂ ਹੀ ਆਪਣਾ ਆਸ਼ੀਰਵਾਦ ਸਾਡੇ 'ਤੇ ਰੱਖਣ ਅਤੇ ਅਸੀਂ ਹੋਰ ਉਪਲਬਧੀਆਂ ਹਾਸਲ ਕਰੀਏ। ਪਿਆਰ ਬੜਾ ਮਿਲਿਆ ਲੋਕਾਂ ਤੋਂ, ਇੱਕ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ, ਸਟੇਡੀਅਮ 'ਚ ਵੀ ਤਿਰੰਗੇ ਲਹਿਰਾਉਂਦੇ ਵੇਖੇ ਸੀ, ਉਹ ਕਿੰਨੇ ਬੜੀ ਨਹੀਂ ਬਹੁਤ ਬਹੁਤ ਵੱਡੀ ਗੱਲ ਆ ਜੀ। ਆਪਣੇ ਮੁਲਕ ਤੋਂ ਬਾਹਰਲੇ ਮੁਲਕ 'ਤੇ ਜਾ ਕੇ ਖੇਡਣਾ ਅਤੇ ਉੱਥੇ ਵੀ ਆਪਣੇ ਝੰਡਿਆਂ ਨੂੰ ਦੇਖਣਾ, ਆਪਣੇ ਲੋਕਾਂ ਨੂੰ ਵੇਖਣਾ ਜਿਹੜੇ ਸਪੋਰਟ ਕਰਨ ਆਉਂਦੇ ਆ, ਤਾਂ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ। ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ, ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਅਤੇ ਸੇਰਾ ਸਰਪੰਚ ਸਾਹਿਬ ਨੂੰ ਵੀ ਜਾਂਦਾ, 10 ਗੋਲ ਸਰਪੰਚ ਸਾਹਿਬ ਨੇ ਕੀਤੇ ਆ। ਨਹੀਂ ਦੇਖੋ ਜੀ, ਗੁਰੂ ਮਹਾਰਾਜ ਨੇ ਕਰਵਾਇਆ ਜੀ, ਪਰ ਇਹ ਆ ਕਿ ਪੂਰੀ ਟੀਮ ਦਾ ਜ਼ੋਰ ਹੈ ਜੀ ਇਹਦੇ 'ਚ, ਪੂਰੀ ਟੀਮ ਦਾ ਹੱਥ ਆ। ਅਤੇ ਹਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ। ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਭਰ ਕੇ ਅੱਗਾਂ ਨੂੰ ਆਵੇ ਅਤੇ ਆਪਾਂ ਹੋਰ ਇੱਦਾਂ ਹੀ ਤਰੱਕੀਆਂ ਕਰੀਏ ਅਤੇ ਹਾਕੀ ਦਾ ਨਾਮ। ਕਹਿਣਾ ਚਾਹਾਂਗੇ ਕਿ ਜਿਹੜਾ ਮੈਡਲ ਆਇਆ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਆਇਆ ਹੈ, ਬਹੁਤ ਉਹਨਾਂ ਦੀ ਮਿਹਰ ਰਹੀ ਹੈ ਇਸ ਟੂਰਨਾਮੈਂਟ ਦੇ ਉੱਤੇ ਵੀ। ਅਤੇ ਇਸ ਕਰਕੇ ਸਾਡਾ ਪਹਿਲਾ ਹੀ ਸੀ ਇਹੀ ਸੀਗਾ ਕਿ ਜਦੋਂ ਵੀ ਅਸੀਂ ਇੱਥੋਂ ਮੈਡਲ ਜਿੱਤ ਕੇ ਆਵਾਂਗੇ ਦਰਬਾਰ ਸਾਹਿਬ ਆ ਕੇ ਅਸੀਂ ਜ਼ਰੂਰ ਮੱਥਾ ਟੇਕਾਂਗੇ। ਅਤੇ ਅੱਜ ਅਸੀਂ ਇੱਥੇ ਆਏ ਹਾਂ ਅਤੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਜੋ ਪਿਆਰ ਮਿਲ ਰਿਹਾ ਸਾਰਾ ਇੱਥੇ ਦੇਖ ਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ। ਸਨਮਾਨ ਮਿਲਿਆ ਤੁਹਾਨੂੰ, ਕੀ ਕਹਿਣਾ ਚਾਹੋਗੇ? ਸਰਪਾਓ ਮਿਲਿਆ ਹੈ ਕਿਉਂਕਿ ਸਰਪਾਓ ਦੀ ਬਹੁਤ ਅਹਿਮੀਅਤ ਹੁੰਦੀ ਹੈ। ਬਿਲਕੁਲ ਬਿਲਕੁਲ ਜੀ, ਨਾਮ ਨਾ ਖੱਟਿਆ ਨਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਕਹਿੰਦਾ ਜੀ ਇਹ ਆਉਣ ਵਾਲੀ ਜਿਹੜੀ ਦੂਸਰੀ ਜਨਰੇਸ਼ਨ ਉਹਨਾਂ ਦੇ ਲਈ ਵੀ ਇੱਕ ਕਾਫੀ ਮੋਟੀਵੇਸ਼ਨ ਹੈ ਜੀ, ਜਦੋਂ ਵੀ ਕਿਤੇ ਅੱਗੇ ਉਹਨਾਂ ਨੂੰ ਹੋਊਗਾ ਕਿ ਅਸੀਂ ਵੀ ਇੱਥੇ ਖੇਡੀ ਇੰਡੀਆ ਦੇ ਲਈ, ਅਸੀਂ ਮੈਡਲ ਲੈ ਕੇ ਆਈਏ ਅਤੇ ਸਾਡਾ ਵੀ ਇੱਦਾਂ ਹੀ ਸਵਾਗਤ ਹੋਵੇ। ਅਤੇ ਸਾਨੂੰ ਇੱਥੇ ਅਸੀਂ ਆਏ ਹਾਂ ਮਹਾਰਾਜ ਦੀ ਕਿਰਪਾ ਨਾਲ, ਬਹੁਤ ਵਧੀਆ ਲੱਗ ਰਿਹਾ ਹੈ ਅਤੇ ਇੱਦਾਂ ਹੀ ਸਾਡਾ ਵੀ ਅੱਗੇ ਅਸੀਂ ਇੱਦਾਂ ਹੀ ਜਿੱਤਦੇ ਰਹਾਂਗੇ, ਦੇਸ਼ ਦਾ ਨਾਂ ਰੋਸ਼ਨ ਕਰਾਂਗੇ ਜੀ।